ਮੈਂ ਕਿਹਾ ਮਹੀਨਾ ਕੁ ਸਬਰ ਕਰ ਲਓ, ਉਹ ਦਿਨ ਵੀ ਆਊਗਾ ਵੀਰੋ। ਇਸ ਵਾਰ ਮੈਂ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਗਿਆ ਏਦਾਂ ਲੱਗਦਾ ਹਰ ਰੋਜ਼ ਕਿ ਇਸ ਤੋਂ ਵੱਧ ਤਾਂ ਕੀ ਜੋਸ਼ ਹੋਊਗਾ, ਤਾਂ ਪੰਜਾਬ ਦੇ ਲੋਕ ਆਪਣਾ ਰਿਕਾਰਡ ਆਪ ਹੀ ਤੋੜੀ ਜਾਂਦੇ ਆ। ਅੱਜ ਪਟਿਆਲੇ ਆ ਕੇ ਵੀ ਇਹੀ ਲੱਗ ਰਿਹਾ ਕਿ ਇਸ ਤੋਂ ਵੱਧ ਤਾਂ ਕੀ ਜੋਸ਼ ਹੋਊਗਾ। ਲਓ ਮੈਂ ਹੁਣ ਤੁਹਾਨੂੰ 20 ਸਕਿੰਟ ਦੇ ਰਿਹਾ, ਚਾਹੇ ਨਾਰਾ ਲਾ ਲਓ, ਚਾਹੇ ਦਿਲ ਦੀ ਭੜਾਸ ਜਿਵੇਂ ਮਰਜ਼ੀ ਕੱਢ ਲਓ, 20 ਸਕਿੰਟ ਤੁਹਾਡੇ ਲਈ। ਇਨਕਲਾਬ ਵੀਰੋ, ਇਸ ਵਾਰ ਜੋ ਪਿਆਰ ਮਿਲ ਰਿਹਾ ਮੈਨੂੰ ਥਕਾਵਟ ਨਹੀਂ ਹੋ ਰਹੀ, ਕਿਉਂਕਿ ਪਿਆਰ ਇੰਨਾ ਜ਼ਿਆਦਾ ਮਿਲ ਰਿਹਾ। 2022 ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ 2 ਸਾਲਾਂ ਚ 43,000 ਨੌਕਰੀਆਂ ਦੇ ਕੇ ਆ ਤੁਹਾਡਾ ਪੋਤਾ, ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ, 43,000 ਨੌਕਰੀਆਂ ਦੇ। ਬਿਜਲੀ ਦੇ ਬਿੱਲ ਜ਼ੀਰੋ ਕਰਕੇ ਆ ਤੁਹਾਡਾ ਭਰਾ, ਆ ਤੁਹਾਡਾ ਪੁੱਤ, ਤੁਹਾਡਾ ਭਤੀਜਾ ਤੁਹਾਡੇ ਸਾਹਮਣੇ ਖੜਾ, ਬਿਜਲੀ ਦੇ ਬਿੱਲ ਜ਼ੀਰੋ ਕਰਕੇ ਸਾਰੇ ਪੰਜਾਬ ਦੇ। ਨਹਿਰਾਂ ਦੇ ਪਾਣੀ ਨੂੰ ਟੇਲਾਂ ਤੱਕ, ਨਹਿਰਾਂ ਦੇ ਪਾਣੀ ਨੂੰ ਕੱਸੀਆਂ ਰਜਵਾਹਿਆਂ ਖਾਲਿਆਂ ਤੱਕ ਪਹੁੰਚਾ ਕੇ ਤੁਹਾਡਾ ਭਰਾ ਸਾਹਮਣੇ ਖੜਾ ਤੁਹਾਡੇ ਵੀਰੋ। ਸ਼ਹੀਦਾਂ ਦੇ ਸਨਮਾਨ ਚ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ, 1 ਕਰੋੜ ਰੁਪਇਆ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਕਬੀਲਦਾਰੀ ਲਈ ਤੇ ਰਵੇ ਤਾਂ ਦਿੰਦੇ ਨੀ, ਸ਼ਹੀਦ ਦੀ ਕੋਈ ਜਾਨ ਦੀ ਕੀਮਤ ਨਹੀਂ ਹੁੰਦੀ ਵੀਰੋ। ਮੋਟਰਾਂ, ਖੇਤਾਂ ਵਾਲੀ ਲਾਈਟ, ਜਦੋਂ ਜਾਓ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬੋ, ਮੋਟਰ ਚੱਲ ਪੈਂਦੀ ਹੈ, ਬਿਜਲੀ ਆਮ ਹੈ ਜਦੋਂ ਮਰਜ਼ੀ ਜਾਓ। ਥਰਮਲ ਪਲਾਂਟ ਖਰੀਦ ਲਿਆ, ਆਮ ਤੌਰ ਤੇ ਸਰਕਾਰਾਂ ਚੀਜ਼ਾਂ ਵੇਚਦੀਆਂ ਹੁੰਦੀਆਂ ਨੇ, ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਘਾਟਾ ਦਿਖਾ ਕੇ, ਪਰ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਜਿਹਦਾ ਨਾਂ ਸੀ ਜੀਵੀਕੇ ਕੰਪਨੀ ਹੈ, ਜਿਹਦਾ ਨਾਂ ਸੀ ਜੀਵੀਕੇ ਥਰਮਲ ਪਲਾਂਟ, ਉਹਦਾ ਨਾਂ ਰੱਖਿਆ ਸ਼੍ਰੀ ਗੁਰੂ ਅੰਗਦ ਦੇਵ ਜੀ ਥਰਮਲ ਪਲਾਂਟ। ਵੀਰੋ ਲਾਈਕ ਹੋਰ ਦੇ ਦਿੰਦੇ 15 ਸਕਿੰਟ ਲਓ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਘੱਟ ਪੈਂਦੀ ਹੈ, ਕਿਉਂਕਿ ਪੰਜਾਬ ਦੀ ਜਨਤਾ ਬੋਲਣ ਲੱਗ ਗਈ, ਪੰਜਾਬ ਦਾ ਯੂਥ ਬੋਲਣ ਲੱਗ ਗਿਆ, ਪੰਜਾਬ ਦੇ ਬਜ਼ੁਰਗ ਬੋਲਣ ਲੱਗ ਗਏ, ਪੰਜਾਬ ਦੀਆਂ ਮਾਵਾਂ ਭੈਣਾਂ ਬੋਲਣ ਲੱਗ ਗਈਆਂ ਕਿ ਸਾਨੂੰ ਇਸ ਤੋਂ ਪਹਿਲਾਂ 70 ਸਾਲਾਂ ਚ ਇਹੋ ਜਿਹੀ ਆਪਣੇਪਣ ਵਾਲੀ ਸਰਕਾਰ ਨਹੀਂ ਮਿਲੀ ਸੀ। ਪਹਿਲੀ ਵਾਰ ਹੈ ਕਿ ਤੁਸੀਂ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਸਕਦੇ ਹੋ, ਨਹੀਂ ਤਾਂ ਰਾਜੇ ਮਹਾਰਾਜੇ ਕਾਕੇ ਸਾਹਿਬ ਜੀ, ਛੋਟੇ ਸਾਹਿਬ ਜੀ, ਵੱਡੇ ਸਾਹਿਬ ਜੀ, ਇਹੀ ਹੁੰਦਾ ਸੀ। ਮੈਂ ਤੁਹਾਡਾ ਆਪਣਾ, ਜੇ ਤੁਹਾਨੂੰ ਲੱਗਦਾ ਕਿ ਯਾਰ ਭਗਵੰਤ ਮਾਨ ਸਾਡੇ ਹੀ ਜਵਾਕ ਹੈ, ਸਾਡਾ ਹੀ ਭਰਾ ਹੈ, ਜਦੋਂ ਮਰਜ਼ੀ ਇਹਨੂੰ ਮੋਢੇ ਤੋਂ ਫੜ ਕੇ ਰੋਕ ਲੈਂਦੇ ਹਾਂ, ਇਹ ਆਪਣੇ ਹੱਕ ਦੇ ਫੈਸਲੇ ਕਰ ਰਿਹਾ, ਇਹ ਇਕੱਲੇ ਹੀ ਲੜੀ ਜਾਂਦਾ,
ਸੁਪਰੀਮ ਕੋਰਟ ਚ ਵੀ, ਗਵਰਨਰ ਨਾਲ ਵੀ, ਸੈਂਟਰ ਨਾਲ ਵੀ, ਕਾਂਗਰਸ ਨਾਲ ਵੀ, ਅਕਾਲੀਆਂ ਨਾਲ ਵੀ, ਇਕੱਲੇ ਹੀ ਲੜੀ ਜਾਂਦਾ ਹੈ। ਮੇਰੇ ਵੀਰੋ, ਮੈਂ ਤੁਹਾਡੇ ਸਿਰ ਤੇ ਲੜ ਰਿਹਾ, ਮੈਨੂੰ ਤੁਸੀਂ ਜਦੋਂ ਪਿਆਰ ਦਿੰਦੇ ਹੋ ਮੈਂ ਤਾਂ ਲੜ ਰਿਹਾ, ਇਸ ਕਰਕੇ ਮੈਨੂੰ 13 ਹੱਥ ਤੇ 13 ਜਵਾਨਾਂ ਹੋਰ ਦੇ ਦਿਓ, ਤਾਂ ਕਿ ਅਗਲੇ 3 ਸਾਲਾਂ ਚ ਵਿਕਾਸ ਦੇ ਕੰਮਾਂ ਦੀ ਹਨੇਰੀ ਲਿਆ ਕੇ ਮੈਂ ਪੰਜਾਬ ਨੂੰ ਦੁਬਾਰੇ ਸੋਨੇ ਦੀ ਚਿੜੀ ਬਣਾ ਦੂੰਗਾ। ਮੇਰਾ ਪੱਕਾ ਤੁਹਾਡੇ ਨਾਲ ਵਾਅਦਾ ਹੈ। ਮੈਂ ਇੱਕ ਵਾਰ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ, ਤੁਸੀਂ 2 ਵਾਰ ਕਹਿਣਾ ਕਿ 13-0 13-0। ਇਸ ਵਾਰ ਪੰਜਾਬ ਬਣੇਗਾ ਹੀਰੋ, ਇਸ ਵਾਰ ਪੰਜਾਬ ਬਣੇਗਾ ਹੀਰੋ। ਥੋੜਾ ਜਿਹਾ ਹੋਰ ਉੱਚੀ, ਥੋੜਾ ਮਹਿਲਾਂ ਵਾਲੇ ਪਾਸੇ ਤਾਂ ਪਹੁੰਚੇ, ਉਹ ਮਹਿਲਾਂ ਦੀਆਂ ਕੰਧਾਂ ਹਿਲਾ ਦੋ, ਮਹਿਲਾਂ ਦੀਆਂ ਆ ਨਾਰਾ ਲਾ ਕੇ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ, ਇਨਕਲਾਬ ਇਨਕਲਾਬ, ਬੋਲੇ ਸੋਨਿਹਾਲ। ਵੀਰੋ, ਅੱਜ ਰਾਤ ਨੂੰ ਗੁਜਰਾਤ ਜਾਊਂਗਾ, ਇਸ ਤੋਂ ਬਾਅਦ ਸਿੱਧਾ ਚੰਡੀਗੜ੍ਹ ਏਅਰਪੋਰਟ ਜਾਊਂਗਾ, ਅਹਿਮਦਾਬਾਦ ਪਹੁੰਚੂਗਾ। ਕੱਲ ਨੂੰ ਤੁਹਾਡਾ ਸੁਨੇਹਾ ਗੁਜਰਾਤ ਦੇ ਲੋਕਾਂ ਕੋਲੇ ਪਹੁੰਚੂਗਾ, ਤੇ ਗੁਜਰਾਤ ਵਾਲਿਆਂ ਦਾ ਸੁਨੇਹਾ ਲੈ ਕੇ ਫਿਰ ਤੁਹਾਡੇ ਕੋਲੇ ਆਊਂਗਾ। ਜਿੱਥੇ ਕਹੋਗੇ ਉੱਥੇ ਜਾਵਾਂਗੇ, ਜਿੱਥੇ ਕਹੋਗੇ ਬੁਲਾਓਗੇ ਉੱਥੇ ਆਵਾਂਗੇ। ਲੋਗੋਂ ਕੋ ਅਕਸਰ ਕਹਿਤੇ ਸੁਨਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਵੀਰੋ, ਹਕੂਮਤ ਵੋ ਕਰਤੇ ਹੈ, ਹਕੂਮਤ ਇਹ ਮੋਦੀ ਜੀ ਸੁਣ ਲੈਣ, ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂੰ ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ। ਆਓ ਇਕੱਠੇ ਹੋ ਕੇ ਝਾੜੂ ਵਾਲਾ ਬਟਨ ਦਬੀਏ। ਬਸ ਤੁਹਾਨੂੰ ਅਗਲੇ ਹਫਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਝਾੜੂ ਵਾਲਾ ਬਟਨ 99 ਨੰਬਰ ਤੇ ਹੈ, ਤੇ ਝਾੜੂ ਨੇ ਸਫਾਈ ਕਰਨੀ ਹੈ। ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਬੀਜੇਪੀ ਦੀ ਹਨੇਰੀ ਕਿਵੇਂ ਰੋਕ ਲਈ। ਮੈਂ ਕਿਹਾ ਜੀ ਇਹ ਤਾਂ ਕੋਈ ਖਾਸ ਗੱਲ ਨਹੀਂ। ਕਹਿੰਦੇ ਕਿਵੇਂ? ਮੈਂ ਕਿਹਾ ਜੀ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ? ਕਹਿੰਦੇ ਕਮਲ ਦਾ ਫੁੱਲ। ਮੈਂ ਕਿਹਾ ਜੀ ਸਾਡਾ ਚੋਣ ਨਿਸ਼ਾਨ ਕੀ ਹੈ? ਕਹਿੰਦੇ ਝਾੜੂ। ਮੈਂ ਕਿਹਾ ਕਮਲ ਦਾ ਫੁੱਲ ਕਿੱਥੇ ਉੱਗਦਾ ਹੁੰਦਾ? ਉਹ ਕਹਿੰਦੇ ਚਿੱਕੜ ਚ। ਮੈਂ ਕਿਹਾ ਝਾੜੂ ਕੀ ਕਰਦਾ ਹੁੰਦਾ? ਕਹਿੰਦੇ ਚਿੱਕੜ ਦੀ ਸਫਾਈ। ਮੈਂ ਕਿਹਾ ਅਸੀਂ ਦਿੱਲੀ ਤੇ ਪੰਜਾਬ ਚ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ, ਕਮਲ ਉੱਗੇ ਹੀ ਨਹੀਂ। ਇਸ ਵਾਰ ਪੰਜਾਬ ਬਣੇਗਾ ਹੀਰੋ, ਇਸ ਵਾਰ ਤੁਸੀਂ ਬਣੋਗੇ ਹੀਰੋ। ਇੱਕ ਮਿੰਟ ਲਈ ਸਵਾਗਤ ਵੀ ਕਰਨਗੇ, ਧੰਨਵਾਦ ਵੀ ਕਰਨਗੇ ਡਾਕਟਰ ਬਲਬੀਰ ਜੀ, ਜਿਹੜੇ ਕਿ ਮੰਤਰੀ ਵੀ ਨੇ, ਸਿਹਤ ਮੰਤਰੀ ਨੇ ਪੰਜਾਬ ਦੇ, ਮਹੱਲਾ ਕਲੀਨਿਕ ਖੋਲ੍ਹੇ, ਆਮ ਆਦਮੀ ਕਲੀਨਿਕ ਖੋਲ੍ਹੇ ਆ।